ਲਓ ਜੀ ਦੇਖੋ ਅਤੇ ਲਿਖਿਆ ਵੀ ਹੋਇਆ ਜੀ ਏ ਟੂ ਜੈੱਡ ਸਿਰਫ ਐਨ ਐੱਸ ਮਲਟੀ ਵਿਟਾਮਿਨਸ ਮਲਟੀ ਮਲਟੀ ਮਿਨਰਲਸ ਠੀਕ ਹੈ ਜੀ ਅਤੇ ਇਹ ਕੋਈ ਜ਼ਿਆਦਾ ਮਹਿੰਗੀ ਤਾਂ ਹੈ ਨਹੀਂ 190 ਰੁਪਈਆ ਪੈਂਟ ਰੇਟ 150 ਦੀ 160-170 ਦੇ ਵਿੱਚ ਮਿਲ ਜਾਂਦੀ ਹੈ ਜੀ ਕੋਈ ਪੈਂਟ ਰੇਟ ਹੀ ਲਾਉਂਦਾ ਹਰੇਕ ਮੈਡੀਕਲ 'ਤੇ ਆਪੋ ਆਪਣਾ ਹਿਸਾਬ ਕਿਤਾਬ ਹੁੰਦਾ ਉਹਨਾਂ ਦਾ ਠੀਕ ਹੈ ਜੀ ਏ ਟੂ ਜੈੱਡ ਮਲਟੀ ਵਿਟਾਮਿਨ ਠੀਕ ਹੈ ਮੇਰੇ ਭਰਾ ਸਾਰੇ ਦੇਖ ਸਕਦੇ ਹੋ ਅਤੇ ਇਹਨੂੰ ਦੇਣ ਦਾ ਤਰੀਕਾ ਕੀ ਹੈ ਜੀ ਇਹਦਾ ਇੱਕ ਢੱਕਣ ਠੀਕ ਹੈ ਜੀ ਮੈਂ ਇਕੱਲਾ ਹੀ ਅੱਜ ਬੇਟਾ ਤਿਆਰ ਹੋ ਗਿਆ ਸਕੂਲ ਨੂੰ ਜਾਣ ਲਈ ਇੱਕ ਮਿੰਟ ਮਾੜਾ ਮੈਂ ਫੋਨ ਰੱਖਦਾ ਇੱਦਾਂ ਹੀ ਅਤੇ ਤੁਹਾਨੂੰ ਦਿਖਾਉਣਾ ਜੀ ਇਹਨੂੰ ਹਿਲਾ ਲਓ ਚੰਗੀ ਤਰ੍ਹਾਂ ਹਿਲਾ ਕੇ ਹਿਲਾਉਣ ਤੋਂ ਬਾਅਦ ਇਹਦਾ ਇੱਕ ਢੱਕਣ ਭਰ ਲਓ ਜੀ ਇਹਦੇ ਉੱਪਰ ਵਾਲਾ ਇੱਕ ਢੱਕਣ ਆਪਾਂ ਨੇ ਭਰ ਲਿਆ ਉਹ ਪਾਣੀ ਆ ਬੋਤਲ 'ਚ ਪਾ ਲਿਆ ਜੀ ਆਪਾਂ ਨੇ ਦਵਾਈ ਬਹੁਤ ਗਾੜੀ ਆ ਗਾੜੀ ਆ ਦਵਾਈ ਬਹੁਤ ਜ਼ਿਆਦਾ ਤਾਂ ਹੁਣ ਆਪਾਂ ਇੱਕ ਢੱਕਣ ਪਾ ਲਿਆ ਠੀਕ ਹੈ ਜੀ ਥੋੜ੍ਹੀ ਜਿਹੀ ਬਚ ਗਈ ਪਿੱਛੇ ਢੱਕਣ 'ਚ ਗਾੜੀ ਆ ਥੋੜ੍ਹੀ ਜਿਹੀ ਇੱਦਾਂ ਹੀ ਹੋਰ ਪਾ ਲੈਂਦੇ ਹਾਂ ਲਓ ਜੀ ਇੱਕ ਢੱਕਣ ਦੇ ਕਰੀਬ ਮੰਨ ਲਓ ਹੋ ਗਈ ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਲਾਂਗੇ ਠੀਕ ਹੈ ਮੇਰੇ ਭਰਾ ਇਹ ਚੰਗੀ ਤਰ੍ਹਾਂ ਹਿਲਾ ਕੇ ਆਪਾਂ ਘੁਲ ਜੂਗੀ ਗਾੜੀ ਬਹੁਤ ਜ਼ਿਆਦਾ ਦਵਾਈ ਇਸਨੇ ਇਹਨੂੰ ਥੋੜ੍ਹਾ ਜਿਹਾ ਪਾਣੀ ਪਾਇਆ ਆਪਾਂ ਨੇ ਪਹਿਲਾਂ ਇਹਨੂੰ ਪਾਣੀ ਨੂੰ ਭਰ ਲੈਣਾ ਆਪਾਂ ਸਾਰੇ ਬੱਚਿਆਂ ਨੂੰ ਦਿੱਤੀ ਜਾਊਗੀ ਦੇ ਤਾਂ ਆਪਾਂ ਸਰਿੰਜ ਨਾਲ ਵੀ ਸਕਦੇ ਹਾਂ ਸਰਿੰਜ ਨਾਲ ਥੋੜ੍ਹਾ ਟਾਈਮ ਲੱਗੂ ਇੱਕ ਸਰਿੰਜਾਂ ਖਰਾਬ ਹੋ ਜਾਂਦੀਆਂ ਨੇ ਹਾਰਡ ਹੋ ਜਾਂਦੀਆਂ ਨੇ ਜਦੋਂ ਆਪਾਂ ਸਰਿੰਜ ਨਾਲ ਦਿੰਦੇ ਹਾਂ ਘੋਲ ਲੈਂਦੇ ਹਾਂ ਜੀ ਆਪਾਂ ਚੰਗੀ ਤਰ੍ਹਾਂ ਘੋਲਣ ਤੋਂ ਬਾਅਦ ਇਹਨੂੰ ਪੂਰੀ ਭਰ ਲਾਂਗੇ ਠੀਕ ਹੈ ਜੀ ਅਤੇ ਫੀਡ ਵੀ ਦਿਖਾਉਂਦੇ ਹਾਂ ਆਪਾਂ ਮੇਰੇ ਭਰਾ ਕਈ ਪੁੱਛਦੇ ਰਹਿੰਦੇ ਨੇ ਫੀਡ ਵੈਸੇ ਆਪਾਂ ਵੀਡੀਓ ਜਿਵੇਂ ਬਣਾਉਂਦੇ ਹਾਂ ਵੀਡੀਓ ਦੇ ਵਿੱਚ ਆਪਾਂ ਵੀ ਜ਼ਰੂਰ ਦਿਖਾਉਂਦੇ ਹੁੰਦੇ ਹਾਂ ਫੀਡ ਅਤੇ ਇਹਨੂੰ ਪਾਣੀ ਨਾਲ ਭਰ ਲਈਏ ਜੀ ਵੀ ਘੋਲ ਲੱਗੀ ਹੋਈ ਆ ਅਤੇ ਇਹਨੂੰ ਲੰਬੀ ਪਾਣੀ ਆਪਾਂ ਭਰ ਲੈਂਦੇ ਹਾਂ ਪੂਰਾ ਨੂੰ ਪਾਣੀ ਨਾਲ ਪੂਰੀ ਭਰ ਲਾਂਗੇ ਬੋਤਲ ਨੂੰ ਤਾਂ ਜੋ ਸਾਰੇ ਬੱਚਿਆਂ ਨੂੰ ਦਿੱਤਾ ਜਾਵੇ ਥੋੜ੍ਹਾ ਥੋੜ੍ਹਾ ਬੱਚਿਆਂ ਨੂੰ ਪਾਣੀ ਲਾ ਠੀਕ ਹੈ ਜੀ ਭਰ ਲਈ ਜੀ ਆਪਾਂ ਬੋਤਲ ਭਰ ਕੇ ਰੱਖ ਲਈ ਕਰਤੀ ਟੂਟੀ ਬੰਦ ਅਤੇ ਉੱਤੇ ਆ ਜੀ ਸਰਿੰਜਾ ਸਰਿੰਜ ਕੱਟ ਕੇ ਆਪਾਂ ਨੇ ਬਣਾਈ ਹੋਈ ਆ ਨਾਲ ਤਾਂ ਇਹਦੇ ਨਾਲ ਚੋਗਾ ਬਹੁਤ ਵਧੀਆ ਦਿੱਤਾ ਜਾਂਦਾ ਠੀਕ ਹੈ ਮੇਰੇ ਭਰਾ ਇਹ ਤਾਂ ਇਹ ਖਾਰੇ ਵਾਲੀ ਬੋਤਲ ਸੀਗੀ ਭਈ ਆਪਣੇ ਉਹ ਢੱਕਣ ਢੱਕਣ ਦੇ ਵਿੱਚ ਆਪਾਂ ਉੱਤੇ ਗਲੀ ਕੱਢ ਲਈ ਗਰਮ ਕਰਕੇ ਠੀਕ ਹੈ ਜੀ ਕੋਈ ਵੀ ਲੋਹੇ ਦੀ ਚੀਜ਼ ਤੁਸੀਂ ਗਰਮ ਕਰਕੇ ਉਹਦੇ ਨਾਲ ਗਲੀ ਕੱਢ ਲਓ ਗਲੀ ਥੋੜ੍ਹੀ ਛੋਟੀ ਕੱਢੋ ਗਰਮ ਹੋ ਜਾਂਦਾ ਹੈ ਅਤੇ ਨਾਲ ਦੀ ਨਾਲ ਸਰਿੰਜ ਪਾ ਦਿਓ ਜੀ ਇਹਨਾਂ ਨਾਲ ਚੋਗਾ ਦੇਣਾ ਬਹੁਤ ਸੌਖਾ ਫੀਡ ਸਰੋਂ ਜਿਵੇਂ ਮਰਜ਼ੀ ਆਪਾਂ ਬਾਜ ਰਾਂ ਇਹ ਚੀਜ਼ਾਂ ਇਹਦੇ ਨਾਲ ਦੇ ਸਕਦੇ ਹਾਂ ਠੀਕ ਹੈ ਜੀ ਅਤੇ ਹੁਣ ਜਿੱਦਾਂ ਆਪਾਂ ਦਵਾਈ ਘੋਲੀ ਆ ਦਵਾਈ ਦੇਵਾਂਗੇ ਤੁਹਾਨੂੰ ਦਿਖਾਉਂਦੇ ਹਾਂ ਜੀ ਬੱਚਿਆਂ ਨੂੰ ਦਵਾਈ ਦੇਣੀ ਕਿੰਨੀ ਸੌਖੀ ਇਹਦੇ ਨਾਲ ਟਾਈਮ ਨਹੀਂ ਜ਼ਿਆਦਾ ਲੱਗਦਾ ਟਾਈਮ ਬਹੁਤ ਘੱਟ ਲੱਗਦਾ ਜੀ ਇਹਦੇ ਨਾਲ ਅਤੇ ਵੈਸੇ ਦਿਖਾਇਆ ਵੀ ਆਪਾਂ ਚੋਗਾ ਦਿੰਦਿਆਂ ਨੇ ਕਈ ਵਾਰੀ ਵੀਡੀਓ ਬਣਾਈਆਂ ਨੇ ਹੁਣ ਮੈਂ ਥੋੜ੍ਹਾ ਹੈਗਾ ਇਕੱਲਾ ਹੀ ਹਾਂ ਇੱਥੇ ਸਾਹਮਣੇ ਰੱਖ ਲੈਣਾ ਜੀ
ਫੋਨ ਤੇ ਆਪਣੇ ਆਪ ਹੀ ਜਲ ਜੂਗੀ ਜਿੰਨਾ ਜਿੰਨਾ ਕੁ ਦੇਣਾ ਆਪਾਂ ਨੂੰ ਬਹੁਤ ਆ ਠੀਕ ਹੈ ਜੀ ਇੰਨਾ ਕੁ ਦੇ ਤਾ ਆਪਾਂ ਨੇ ਇਹਨੂੰ ਠੀਕ ਹੈ ਮੇਰੇ ਭਰਾ ਇੰਨਾ ਕੁ ਦੇ ਤਾ ਆਪਾਂ ਨੇ ਇਹਨੂੰ ਪਾਣੀ ਬਾਕੀ ਨੂੰ ਵੀ ਆਪਾਂ ਦੇਵਾਂਗੇ ਜੀ ਇਸੇ ਤਰ੍ਹਾਂ ਸਾਰਿਆਂ ਨੂੰ ਫੜ ਕੇ ਵਾਰੀ ਵਾਰੀ ਦੇ ਵਿੱਚ ਏ ਟੂ ਜੈਡ ਮਿਨਰਲ ਔਰ ਵਿਟਾਮਿਨ ਨੇ ਜੀ ਠੀਕ ਹੈ ਜੀ ਲਓ ਜੀ ਇਹਨੂੰ ਵੀ ਇਹ ਦੇਣਾ ਬਹੁਤ ਸੌਖਾ ਸਾਰੇ ਨੂੰ ਦੇਣਾ ਇੱਕ ਵਾਰੀ ਜਿੰਨੇ ਵੀ ਬੱਚੇ ਸਾਰਿਆਂ ਨੂੰ ਦੇ ਦਾਂਗੇ ਜੀ ਬੱਚੇ ਵਿੱਚ ਪਹਿਲਾਂ ਚਾਰ ਪੰਜ ਆਪਣੇ ਮਾਜੂ ਪਲੇ ਸੀਗੇ ਤੁਹਾਨੂੰ ਦੱਸਿਆ ਜੀ ਮਾਨੂੰ ਹੀ ਬਚਾਏ ਨੇ ਅਤੇ ਉੱਦਾਂ ਬਚ ਗਏ ਨੇ ਜੀ ਬੱਚੇ ਸ਼ਾਇਦ ਉੱਠਣ ਯੋਗ ਤਾਂ ਨਹੀਂ ਰਹਿਣਗੇ ਇਹ ਅਤੇ ਨਸਲ ਯੋਗੇ ਰਹਿਣਗੇ ਠੀਕ ਹੈ ਜੀ ਨਸਲ ਰੱਖ ਲਵਾਂਗੇ ਜੀ ਨਾ ਉੱਡਣ ਯੋਗ ਹੋਏ ਜੀ ਪਰ ਚੱਲ ਪਏ ਇਹਨਾਂ ਦੇ ਵਧੀਆ ਧਾੜ ਆਵਾਂਗੇ ਜੀ ਇੰਨਾ ਕਾ ਵੀ ਇਹਨਾਂ ਦੀ ਜਾਨ ਬਚਾ ਲਈ ਆਪਾਂ ਬੱਚਿਆਂ ਦੀ ਵਿਚਾਰਿਆਂ ਦੀ ਖੇਡ ਦੇ ਨਾਲ ਨਾਲ ਦਿੰਦੇ ਹਾਂ ਆਪਾਂ ਇਹਨਾਂ ਨੂੰ ਵਿਟਾਮਿਨ ਏ ਟੂ ਜੈਡ ਮਿਨਰਲ ਹਾਫ ਵਿਟਾਮਿਨ ਸਾਰਿਆਂ ਨੂੰ ਇੱਦਾਂ ਹੀ ਦੇ ਦਾਂਗੇ ਦੇਣੀ ਬਹੁਤ ਸੌਖੀ ਹੈ ਜੀ ਸਾਰੇ ਬੱਚਿਆਂ ਨੂੰ ਦੇ ਦਾਂਗੇ ਜੀ ਇੱਕ ਵਾਰੀ ਤਾਂ ਹੀ ਬੋਤਲ ਭੋਲ ਲਈ ਜੀ ਦੇਣ ਨੂੰ ਟਾਈਮ ਥੋੜ੍ਹਾ ਜਿਹਾ ਘੱਟ ਲੱਗਦਾ ਅਤੇ ਸੌਖੀ ਰਹਿੰਦੀ ਹੈ ਦੇਣ ਸਰਿੰਜ ਨਾਲ ਵੀ ਦੇ ਸਕਦੇ ਆਪਾਂ ਪਰ ਸਰਿੰਜ ਦਾ ਟਾਈਮ ਬਹੁਤ ਲੱਗਦਾ ਜੀ ਵਾਰ ਵਾਰ ਸਰਿੰਜਾਂ ਭਰ ਦੇਖ ਲਈ ਇਹਦੇ ਨਾਲ ਇੱਕ ਵਾਰੀ ਆਪਾਂ ਬੋਤਲ 'ਚ ਬਣਾ ਲਈ ਬੱਚਿਆਂ ਨੂੰ ਦੇ ਦਾਂਗੇ ਇੱਕ ਵਾਰੀ ਆਪਾਂ ਇੱਧਰ ਅਤੇ ਇਹ ਬੱਚੇ ਜਿਵੇਂ ਹੁਣ ਉੱਧਰੋਂ ਆਪਾਂ ਇੱਧਰ ਕਰ ਲਏ ਜੀ ਇਹਨਾਂ ਨੂੰ ਦਾਣੇ ਆਪਾਂ 24 ਘੰਟੇ ਰੱਖੇ ਆਪਣੇ ਨੇ ਜੀ ਅਤੇ ਪਾਣੀ ਜ਼ਰੂਰ ਇਹਨਾਂ ਨੂੰ ਦੇਣਾ ਆਪਾਂ ਪਾਣੀ ਦਿੰਦੇ ਰਹਾਂਗੇ ਅਤੇ ਦਾਣੇ ਆਪਣੇ ਆਪ ਚੁਗਣ ਲੱਗ ਜਾਣਗੇ ਪਾਣੀ ਤਾਂ ਜ਼ਰੂਰੀ ਹੈ ਪਾਣੀ ਕਈ ਵਾਰੀ ਨਹੀਂ ਪੀਂਦੇ ਬੱਚੇ ਠੀਕ ਹੈ ਜੀ ਮੌਸਮ ਥੋੜ੍ਹੇ ਜਿਹੇ ਸੌਣ ਭਾਦੋਂ ਵਾਲੇ ਹੈਗੇ ਨੇ ਜੀ ਮੀਂਹ ਆ ਰਹੇ ਨੇ ਅਤੇ ਇਹਦੇ ਵਿੱਚ ਥੋੜ੍ਹਾ ਬਿਮਾਰੀ ਪੈਣ ਦੇ ਚਾਂਸ ਵੱਧ ਰਹੇ ਨੇ ਥੋੜ੍ਹਾ ਜਿਹਾ ਧਿਆਨ ਰੱਖਿਆ ਕਰੋ ਮੇਰੇ ਭਰਾ ਸਾਰੀ ਆਪਣੇ ਕਬੂਤਰਾਂ ਦਾ ਬਾਕੀ ਕੱਲ੍ਹ ਨੂੰ ਬਣਾਵਾਂਗੇ ਜੀ ਵੀਡੀਓ ਇਹਨਾਂ ਨੂੰ ਬੱਚਿਆਂ ਨੂੰ ਨਵਾਵਾਂਗੇ ਤੁਹਾਨੂੰ ਦਿਖਾਵਾਂਗੇ ਟਿੱਕ ਨੂੰ ਕੱਲ੍ਹ ਨੂੰ ਬੱਚੇ ਨਵਾ ਦਾਂਗੇ ਜੇ ਮੌਸਮ ਵਧੀਆ ਹੋਇਆ ਮੀਂਹ ਵਾਲਾ ਨਾ ਹੋਇਆ
ਧੁੱਪ ਨਿਕਲੀ ਜੀ ਕੱਲ੍ਹ ਨੂੰ ਤਾਂ ਫਿਰ ਇਹਨਾਂ ਨੂੰ ਨਵਾਵਾਂਗੇ ਜੀ। ਸਾਰੇ ਬੱਚਿਆਂ ਨੂੰ ਇੱਕ ਵਾਰੀ ਦੇ ਦੇਣੀ ਜੀ ਆਪਾਂ ਨੇ ਇਕੱਲੇ ਇਕੱਲੇ ਨੂੰ ਫੜ ਕੇ। ਤੇ ਸਾਹਮਣੇ ਵੀ ਉੱਚੇ ਲੱਗ ਰਹੇ ਨੇ ਵਧੀਆ ਆਪਣੇ ਆਪ ਅਤੇ ਦੇਣੀ ਬਹੁਤ ਸੌਖੀ ਇਹਨਾਂ ਨੂੰ। ਇੱਕ ਵਾਰੀ ਸਾਰੇ ਬੱਚਿਆਂ ਨੂੰ ਦੇ ਦਾਂਗੇ ਜੀ, ਦੇਖ ਲਓ ਅੱਧੀ ਕੇ ਦਿੱਤੀ ਗਈ ਯਾਰ। ਥੋੜ੍ਹਾ ਜਿਹਾ ਮੀਂਹ ਪੈਣ ਨਾਲ ਨਾ ਰੋਸ਼ਨਦਾਨ ਕਰਕੇ ਇਹਦੇ 'ਚ ਵੱਛੜ ਆ ਜਾਂਦੀ ਹੈ ਖੁੱਡੇ 'ਚ ਥੋੜ੍ਹੀ ਜਿਹੀ, ਅਤੇ ਬੱਚੇ ਥੋੜ੍ਹੇ ਜਿਹੇ ਗੰਦੇ ਹੋਏ ਕੋ ਗੰਦੇ ਹੱਥ ਵੀ ਲਾਉਦਾ, ਫੀਡ ਫੂਡ ਵੀ ਦਿੰਦੇ ਇਹਦੇ ਨਾਲ ਬੋਤਲ ਨਾਲੇ ਆਪਾਂ ਉਹਦੇ ਕਰਕੇ ਵੀ ਠੀਕ ਹੈ ਜੀ। ਮੇਰੇ ਭਰਾ ਸਾਰੇ ਲੋ ਜੀ ਆਪਾਂ ਸਾਰੇ ਬੱਚਿਆਂ ਨੂੰ ਦੇ ਦਈਏ ਜੀ, ਠੀਕ ਹੈ ਜੀ। ਸਾਰੇ ਬੱਚਿਆਂ ਨੂੰ ਆਪਾਂ ਦੇ ਚੁੱਕੇ ਹਾਂ, ਥੋੜ੍ਹੇ ਗੰਦੇ ਬਾਰਿਸ਼ ਇੱਧਰੋਂ ਆ ਜਾਂਦੀ ਹੈ ਜੀ ਰੋਸ਼ਨਦਾਨ ਰਾਹੀਂ, ਇਹ ਜ਼ਰੂਰੀ ਹੈ ਹੁਣ ਰੋਸ਼ਨਦਾਨ ਵੀ ਉੱਧਰ ਐਗਜਸਟ ਫੋਨ ਲਾਇਆ ਹੋਇਆ, ਵੈਸੇ ਤਾਂ ਆਪਾਂ ਕੇਅਰ ਕਰਦੇ ਹਾਂ ਆਪਣੇ ਵੱਲੋਂ ਪੂਰੀ, ਅਤੇ ਫਿਰ ਵੀ ਮੌਸਮ ਉਹੋ ਜਿਹੇ ਨੇ ਅਤੇ ਕੱਲ੍ਹ ਨੂੰ ਆਪਾਂ ਬਣਾਵਾਂਗੇ ਜੀ ਬਿਮਾਰੀਆਂ ਤੋਂ ਬਚਾਉਣ ਲਈ। ਇੱਕ ਤਾਂ ਮਿਨਰਲ ਵਿਟਾਮਿਨ ਜ਼ਰੂਰ ਜ਼ਰੂਰੀ ਨੇ ਜੀ, ਇਹ ਬਿਮਾਰੀਆਂ ਤੋਂ ਬਚਾ ਕੇ ਰੱਖ ਦੇਣਾ, ਠੀਕ ਹੈ ਜੀ। ਅਤੇ ਇੱਧਰ ਜੋੜੀ ਲਾਈ ਹੋਈ ਆ, ਅੰਡਾ ਲਾ ਦੂਗੀ, ਕੁੱਬ ਪਾ ਲਿਆ ਕਬੂਤਰੀ ਨੇ, ਲਾ ਲੂ ਹਲੇ ਲਾਇਆ ਨਹੀਂ, ਆਹ ਚਾਰ ਪੱਠੇ ਉੱਡਣ ਵਾਲੇ ਨੇ ਜੀ। ਅਤੇ ਇੱਧਰ ਆਪਣੇ ਬੱਚੇ ਕੱਢੇ ਪਏ ਨੇ, ਦੋਵੇਂ ਬੱਚੇ ਕੱਢੇ ਹੋਏ ਨੇ, ਦੋ ਦਿਖਾ ਦਿੰਦੇ ਤੁਹਾਨੂੰ, ਆਹ ਕੱਢੇ ਹੋਏ ਨੇ ਜੀ ਦੋਵੇਂ ਬੱਚੇ। ਅਤੇ ਆਹ ਦੇਖ ਲਓ ਫੀਡ ਪਈ ਆ ਥੋੜ੍ਹੀ, ਬਾਕੀ ਖਾ ਗਏ ਹੁਣ ਪਾਉਂਦੇ ਆ, ਹੁਣ ਠਹਿਰ ਕੇ ਨਾਲੇ ਪਾਣੀ ਪੂਣੀ ਬਦਲਦਾ ਸਾਰੇ ਖੋਡਿਆਂ 'ਚੋਂ, ਅਤੇ ਵੀਡੀਓ ਲੰਬੀ ਹੋਈ ਜਾਂਦੀ ਆ ਮੇਰੇ ਭਰਾ। ਆ ਇੱਧਰ ਉੱਪਰ ਦੋਵੇਂ ਬੱਚੇ ਕੱਢੇ ਹੋਏ ਨੇ, ਦੇਖ ਸਕਦੇ ਹੋ ਤੁਸੀਂ ਪਲਦੇ ਫੀਡ ਨਾਲ, ਬਹੁਤ ਸੋਹਣੇ ਪਾ ਰਹੇ ਨੇ। ਉਹ ਦੋ ਦਿਨ ਬਾਅਦ 'ਚ ਕੱਢਿਆ ਸੀਗਾ ਬੱਚਾ ਇੱਕ, ਥੋੜ੍ਹਾ ਜਿਹਾ ਛੋਟਾ ਪਰ ਉੱਦਾਂ ਫਿੱਟ ਆ ਹਰੇਕ ਪੱਖੋਂ, ਠੀਕ ਹੈ ਜੀ। ਅਤੇ ਇੱਧਰ ਆਪਣਾ ਸਲੇਟੀ ਕੱਢਿਆ ਹੋਇਆ ਬੱਚਿਆਂ ਨੂੰ, ਠੀਕ ਹੈ ਜੀ, ਲੋਕ ਦੇਖ ਸਕਦੇ ਹੋ ਤੁਸੀਂ। ਅਤੇ ਆਹ ਦੁਬਾਰਾ ਅੰਡੇ ਲਾਏ ਹੋਏ ਨੇ ਇਹਨਾਂ ਨੇ,
ਕੱਢ ਲੈਣਗੇ ਹਫ਼ਤੇ ਕੁ ਦੇ ਵਿੱਚ ਵਿੱਚ ਮੈਨੂੰ ਲੱਗਦਾ ਬੱਚੇ, ਫਿਰ ਇਹਨੂੰ ਚੱਕਣਾ ਪੈਣਾ ਬੱਚੇ ਨੂੰ, ਜਾਂ ਤੁਹਾਨੂੰ ਬੱਚੇ ਕਾਇਮ ਹੋ ਜਾਣਗੇ। ਆਹ ਥੱਲੇ ਵੀ ਇਹਨਾਂ ਦਾ ਇੱਕ ਆਂਡਾ ਪੱਕਿਆ ਨਹੀਂ, ਇੱਕ ਆਂਡਾ ਪੱਕਿਆ ਸੀ, ਕੱਲ੍ਹ ਕੱਢ ਲਿਆ ਇਹਨਾਂ ਨੇ ਬੱਚਾ, ਇਹ ਕੱਲ੍ਹੇ ਕੱਢਿਆ ਜੀ, ਜਾਂ ਦੇਖ ਸਕਦੇ ਹੋ ਤੁਸੀਂ ਬੱਚਾ, ਠੀਕ ਹੈ ਜੀ। ਅਤੇ ਹਾਲੋ ਦੇਖ ਲਓ ਮੇਰੇ ਭਰਾ, ਮੈਂ ਪਹਿਲਾਂ ਦੱਸਿਆ ਤੁਹਾਨੂੰ ਕਰਾਮਾਤ, ਸਰੋਂ ਕਣਕ ਅਤੇ ਫੀਡ ਪਾਉਂਦੇ ਆਪਾਂ, ਅਤੇ ਆ ਬੱਚੇ ਦੇਖ ਸਕਦੇ ਹਾਲੇ ਕੱਢੇ ਕੱਢੇ ਕਿੰਨੇ ਤੇ ਆਂਡਾ ਲਾ ਲਿਆ ਨੇ ਕਬੂਤਰੀ ਨੇ ਜੀ, ਇੱਕ ਦੂਜਾ ਲਾ ਲੂਗੀ, ਠੀਕ ਹੈ ਜੀ। ਬੱਚੇ ਦੋਵੇਂ ਨੇ ਨਾ ਨੇੜੇ ਕਰਕੇ ਦਿਖਾ ਦਿੰਦੇ, ਇੱਕ ਕਾਲਾ ਚੀਨਾ ਅਤੇ ਇੱਕ ਭੂਰਾ ਚੀਨਾ ਜੀ, ਠੀਕ ਹੈ ਜੀ। ਇੱਕ ਆਂਡਾ ਲਾ ਲਿਆ, ਦੂਆ ਲਾ ਲੂਗੀ, ਓਕੇ ਜੀ ਮੇਰੇ ਭਰਾ। ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਆ, ਆਪਾਂ ਚੜ੍ਹਾਉਣੀ ਔਖੀ ਹੁੰਦੀ ਆ। ਧੰਨਵਾਦ ਆ ਸਾਰੇ ਮੇਰੇ ਵੀਰਾਂ ਦਾ। ਅਤੇ ਇੱਧਰ ਆ ਬੈਠੇ ਨੇ ਜੀ ਆਪਣੇ ਕਬੂਤਰ, ਜੋੜੇ ਤੋੜੇ ਹੋਏ ਨੇ ਜਿਹੜੇ, ਮਤਲਬ ਜੋੜੇ ਹਾਲੇ ਲਾਏ ਨਹੀਂ ਗਏ, ਲਾਉਣੇ ਸੀਗੇ, ਜੋੜੇ ਆਪਣੇ ਕੋਲ ਕਾਫੀ ਲੱਗ ਚੁੱਕੇ ਨੇ, ਇਸ ਲਈ ਹਾਲੇ ਆਪਾਂ ਹੁਣ ਜੋੜੇ ਲਾਉਣੇ ਨਹੀਂ ਹੈਗੇ ਗੇ। ਅਤੇ ਉਹਨਾਂ ਦੇ ਨਾਲ ਦੀ ਨੇ ਸਾਰੇ ਕਬੂਤਰ ਸੇਮ ਹੀ ਨੇ, ਅਤੇ ਜੇ ਕਿਸੇ ਮੇਰੇ ਭਰਾ ਨੇ ਲੈਣੇ ਹੋਣ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਜੀ, ਠੀਕ ਹੈ ਜੀ, ਕੰਟੈਕਟ ਕਰ ਸਕਦਾ। ਪਰ ਕੰਟੈਕਟ ਉਹੀ ਕਰੇ ਵੀਰ ਆਪਣੇ ਨਾਲ ਜਿਹੜੇ ਵੀਰ ਨੇ ਪੈਸੇ ਖਰਚਣੇ ਨੇ ਜੀ, ਠੀਕ ਹੈ ਜੀ। ਅਤੇ ਕਬੂਤਰਾਂ ਦੀ ਫੁੱਲ ਗਰੰਟੀ ਹੋਊਗੀ ਆਪਣਿਆਂ ਦੀ, ਠੀਕ ਹੈ ਜੀ। ਧੰਨਵਾਦ ਮੇਰੇ ਸਾਰੇ ਭਰਾਵਾਂ ਦਾ ਜੀ, ਲਵ ਯੂ ਗਾਈਜ਼ ਆਲ ਬ੍ਰੋ। ਵੀਡੀਓ ਜ਼ਿਆਦਾ ਲੰਬੀ ਹੋ ਜਾਣੀ ਹੈ ਫਿਰ, ਇਸ ਲਈ ਆਪਾਂ ਇੱਥੇ ਬੰਦ ਕਰਦੇ ਹਾਂ, ਅਤੇ ਕੱਲ੍ਹ ਬਣਾਵਾਂਗੇ, ਕੱਲ੍ਹ ਵੀਡੀਓ ਥੋੜ੍ਹੀ ਜਿਹੀ ਲੰਬੀ ਬਣ ਜਾਣੀ ਹੈ ਜੇ ਮੌਸਮ ਵਧੀਆ ਹੋਇਆ, ਠੀਕ ਹੈ ਜੀ। ਆਹ ਜਿਹੜੀ ਬਚ ਗਈ ਇਹ ਵੀ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਜੀ, ਮਾੜਾ ਜਿਹਾ ਇੱਧਰ ਤੁਹਾਡੇ ਜਿਹੜੇ ਬੱਚੇ ਕੱਢੇ ਹੋਏ ਨੇ ਤਰਲਿਆਂ ਦੇ ਵਿੱਚ, ਉਹਨਾਂ ਨੂੰ ਵੀ ਦੇਣੀ ਹੈ ਬੈਠੇ, ਪੰਜ ਛੇ ਬੱਚੇ ਬੈਠੇ ਨੇ ਜੋ ਵੱਡੇ ਵਧੀਆ ਹੋ ਗਏ ਇਹ ਬੱਚੇ, ਅਤੇ ਇਹਨਾਂ ਨੂੰ ਵੀ ਦਿੰਦੇ ਹਾਂ ਜੀ, ਠੀਕ ਹੈ ਜੀ। ਸੇਮ ਉਸੇ ਤਰ੍ਹਾਂ ਜਿਵੇਂ ਉੱਧਰ ਦਿੱਤੀ ਆ, ਆਈਡੀ ਰਹਿ ਗਈ ਇਹਨਾਂ ਨੂੰ ਦੇ ਦਾਂਗੇ ਜੀ। ਛੇ ਬੱਚੇ ਆ ਥੱਲੇ ਨੇ, ਦੋ ਉੱਧਰ ਸਾਈਡ 'ਤੇ ਨੇ, ਅੱਠ ਅਤੇ ਦੋ ਇੱਧਰ ਉੱਪਰ ਬੈਠੇ ਨੇ, ਉੱਪਰਾਂ ਦਸ ਦਸ ਬਾਰਾਂ ਬੱਚੇ ਨੇ, ਇਹਨਾਂ ਨੂੰ ਦੇਵਾਂਗੇ ਜੀ ਆਲੀ। ਓਕੇ ਜੀ, ਧੰਨਵਾਦ ਮੇਰੇ ਸਾਰੇ ਭਰਾਵਾਂ ਦਾ ਜੀ, ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੇਰੇ ਭਰਾ ਜਿਨ੍ਹਾਂ ਨੇ ਨਹੀਂ ਕੀਤਾ, ਅਤੇ ਲਾਈਕ ਆ ਕਮੈਂਟ ਜ਼ਰੂਰ ਕਰਿਆ ਕਰੋ ਮੇਰੇ ਭਰਾ, ਅਤੇ ਜਿਹੜੇ ਵੀਰ ਆਪਣੀਆਂ ਦੱਸੀਆਂ ਹੋਈਆਂ ਚੀਜ਼ਾਂ ਵਰਤਦੇ ਨੇ ਉਹ ਵੀ ਦੱਸਿਆ ਕਰੋ ਵੀ ਉਹਨਾਂ ਨੂੰ ਕਿਵੇਂ ਮਿਲਿਆ ਰਿਜ਼ਲਟ। ਬਈ ਆਪਾਂ ਹਰੇਕ ਚੀਜ਼ ਵਰਤ ਕੇ ਹੀ ਤੁਹਾਨੂੰ ਕਹਿੰਦੇ ਹਾਂ, ਵਰਤਣ ਨੂੰ ਐਂ ਨਹੀਂ ਹੈਗਾ ਵੀ ਕਿਸੇ ਨੇ ਦੱਸੀ ਅਤੇ ਆਪਾਂ ਤੁਹਾਨੂੰ ਦੱਸਤੀ, ਬਈ ਵਰਤ ਕੇ ਹੀ ਦੱਸਦੇ ਹਾਂ। ਅਤੇ ਬੈਠੀ ਇੱਧਰ ਕਬੂਤਰੀ ਆਪਣੇ, ਜਿਹਦੇ ਤੁਹਾਨੂੰ ਆਂਡਿਆਂ ਦੀ ਗੱਲ ਕਰੀ ਆ, ਆਲੀ ਕਬੂਤਰੀ ਦੇਣੀ ਸੀ ਆਂਡੇ ਬਾਈ ਪੱਕੇ ਪਿਛਲੀ ਵਾਰੀ, ਅਤੇ ਪਿਛਲੇ ਸਾਲ ਵੀ ਨਹੀਂ ਸੀ ਪੱਕੇ, ਲੋਕ ਆਂਡਿਆਂ ਦਾ ਰੰਗ ਦੱਸਦਾ ਪੱਕ ਗਏ ਨੇ ਆਂਡੇ, ਅਤੇ ਬੱਚੇ ਨਿਕਲਣਗੇ ਇਹਨਾਂ ਦੇ ਵਿੱਚੋਂ, ਠੀਕ ਆ ਜੀ ਮੇਰੇ ਭਰਾ। ਇੱਧਰ ਵੀ ਬੱਚਾ ਕੱਢਿਆ ਹੋਇਆ ਸੀਗਾ, ਇਹ ਪਰਸੋਂ ਕੱਢਿਆ ਸੀ, ਠੀਕ ਆ ਜੀ। ਇਹਨੇ ਵੀ ਦੋਵੇਂ ਕੱਢ ਲਏ ਜੀ ਕੱਲ੍ਹ, ਠੀਕ ਆ ਜੀ। ਆਹ ਵੀ ਪਰਸੋਂ ਕੱਢਿਆ ਸੀ, ਦੋ ਇੱਕੋ ਜਗ੍ਹਾ 'ਤੇ ਕਰ ਦਾਂਗੇ, ਠੀਕ ਹੈ ਜੀ, ਨਿਸ਼ਾਨੀ ਲਾ ਕੇ ਇਹਦੇ ਹਾਲੇ ਟਾਈਮ, ਠੀਕ ਹੈ ਜੀ ਮੇਰੇ ਵੀਰੇ। ਓਕੇ ਜੀ, ਧੰਨਵਾਦ ਆ ਜੀ ਮੇਰੇ ਸਾਰੇ ਭਰਾਵਾਂ ਦਾ, ਇਹਨੇ ਵੀ ਆਂਡਾ ਲਾ ਲਿਆ ਜੀ।